ਅਸੀਂ ਆਪਣੇ ਕਲਚਰ ਨੂੰ ਸੰਭਾਲਣ ਦੇ ਲਈ ਇਸ ਤਰ੍ਹਾਂ ਲੇਡੀ ਨੂੰ ਤਿਆਰ ਕਰਕੇ ਲੇਡੀ ਸਾਰੀਆਂ ਸਾਡੇ ਇਸ ਕਲਚਰ ਦੇ ਵਿੱਚ ਪਹੁੰਚਦੀਆਂ ਨੇ ਅਤੇ ਤੁਸੀਂ ਦੇਖਿਆ ਸਾਡਾ ਕਿੰਨਾ ਸੋਹਣਾ ਫੰਕਸ਼ਨ ਔਰਗਨਾਈਜ਼ ਕੀਤਾ ਹੋਇਆ ਵਾ। ਠੀਕ ਹੈ, ਅਸੀਂ ਆਪਣੀ ਸੱਭਿਅਤਾ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੀ ਇਹ ਸੱਭਿਅਤਾ ਸੰਭਾਲੀ ਜਾਵੇ। ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਜੇ ਅਸੀਂ ਆਪਣਾ ਵਿਰਸਾ ਨਹੀਂ ਸੰਭਾਲਾਂਗੇ ਤਾਂ ਸਾਡੀ ਆਉਣ ਵਾਲੀਆਂ ਨਸਲਾਂ ਨੂੰ ਵੀ ਅਸੀਂ ਸੰਭਾਲ ਨਹੀਂ ਪਾਵਾਂਗੇ, ਉਹ ਵੀ ਕਿਸੇ ਹੋਰ ਕਲਚਰ ਚਲੀਆਂ ਜਾਣਗੀਆਂ। ਜੇ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਹੀ ਸੰਭਾਲਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਇੱਥੇ ਲੇਡੀਜ਼ ਨੂੰ ਅਸੀਂ ਜਦੋਂ ਇਕੱਠਾ ਕਰਦੇ ਹਾਂ ਤਾਂ ਅਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਹੀ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਆਪਣੇ ਵਿਰਸੇ ਨਾਲ ਜੁੜਦੀਆਂ ਨੇ, ਖੁਸ਼ ਹੁੰਦੀਆਂ ਨੇ, ਆਪਣੇ ਆਪ ਨੂੰ ਸੋਹਣਾ ਬਣਾ ਕੇ ਆਉਂਦੀਆਂ ਨੇ, ਆਪਣੀ ਕਲਚਰ ਨੂੰ ਦਿਖਾਉਂਦੀਆਂ ਨੇ, ਬਹੁਤ ਹੀ ਖੁਸ਼ ਹੁੰਦੀਆਂ ਨੇ ਅਤੇ ਸਾਨੂੰ ਬੜਾ ਮਾਣ ਹੁੰਦਾ ਹੈ। ਨਮਸਕਾਰ, ਮੇਰਾ ਨਾਮ ਡਾਕਟਰ ਬਲਿੰਦਰ ਕੌਰ ਹੈ। ਮੈਂ ਫਾਊਂਡਰ ਐਂਡ ਚੇਅਰਪਰਸਨ ਹਾਂ ਕਾਇਸਫਰ ਕਲੱਬ ਦੇ। ਇਹ ਦੀਪਿਕਾ ਜੀ ਸਾਡੇ ਲੁਧਿਆਣੇ ਦੇ ਪ੍ਰਧਾਨ ਨੇ, ਇਹ ਖੰਨੇ ਤੋਂ ਸਾਡੇ ਪ੍ਰਧਾਨ ਨੇ ਜੀ, ਇਹ ਸਾਡੇ ਐਗਜੈਕਟਿਵ ਮੈਂਬਰ ਨੇ, ਤਾਂ ਇਹ ਸਾਡੇ ਪ੍ਰਧਾਨ ਸ਼ੁਰੂ ਕਰਨਗੇ। ਮੈਂ ਜਾਣਨਾ ਚਾਹਾਂਗੀ ਇੰਦਰਪ੍ਰੀਤ ਜੀ, ਜਿਵੇਂ ਕਿ ਤੀਆਂ ਮਨਾਈਆਂ ਗਈਆਂ, ਕਿੰਨਾ ਔਖਾ ਹੁੰਦਾ ਲੇਡੀਜ਼ ਇਕੱਠਾ ਕਰਨਾ, ਔਰਗਨਾਈਜ਼ ਕਰਨਾ? ਤੀਆਂ ਤੀਜ ਦੀਆਂ ਜੀ ਵਰੇ ਪਿੱਛੋਂ ਨੇ ਆਈਆਂ। ਅਸੀਂ ਕੈਚ ਫਾਇਰ ਕਲੱਬ ਹਰ ਸਾਲ ਇਸੇ ਤਰ੍ਹਾਂ ਤੀਆਂ ਦਾ ਮੇਲਾ ਸੈਕਿੰਡ ਸੈਸ਼ਨ ਹੋਣ ਜਾ ਰਿਹਾ ਸਾਡਾ। ਅਸੀਂ ਆਪਣੇ ਕਲਚਰ ਨੂੰ ਸੰਭਾਲਣ ਦੇ ਲਈ ਇਸ ਤਰ੍ਹਾਂ ਲੇਡੀ ਨੂੰ ਤਿਆਰ ਕਰਕੇ ਲੇਡੀ ਸਾਰੀਆਂ ਸਾਡੇ ਇਸ ਕਲਚਰ ਦੇ ਵਿੱਚ ਪਹੁੰਚਦੀਆਂ ਨੇ ਅਤੇ ਤੁਸੀਂ ਦੇਖਿਆ ਸਾਡਾ ਕਿੰਨਾ ਸੋਹਣਾ ਫੰਕਸ਼ਨ ਔਰਗਨਾਈਜ਼ ਕੀਤਾ ਹੋਇਆ ਵਾ। ਠੀਕ ਹੈ, ਅਸੀਂ ਆਪਣੀ ਸੱਭਿਅਤਾ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੀ ਇਹ ਸੱਭਿਅਤਾ ਸੰਭਾਲੀ ਜਾਵੇ। ਜਿਵੇਂ ਕਿ ਮੈਮ ਨੇ ਕਿਹਾ ਤੀਆਂ ਤਿਉਹਾਰ ਮਨਾਏ ਜਾਂਦੇ ਨੇ, ਸਾਡੇ ਡਾਕਟਰ ਸਾਹਿਬ ਮੌਜੂਦ ਨੇ। ਨਮਸਕਾਰ ਮੈਮ, ਤੁਹਾਡਾ ਪੂਰਾ ਨਾਮ? ਮੇਰਾ ਨਾਮ ਡਾਕਟਰ ਦੀਪਿਕਾ ਸਿੰਘ ਅਤੇ ਮੈਂ ਐਸਟ੍ਰੋਲੋਜ਼ਰ ਹਾਂ ਬਾਈ ਪ੍ਰੋਫੈਸ਼ਨ। ਦੀਪਿਕਾ ਜੀ, ਗੱਲ ਕਰਨੀ ਚਾਹਾਂਗੇ ਜਿਵੇਂ ਕਿ ਤਿਉਹਾਰਾਂ ਨੂੰ ਸੰਭਾਲਣ ਦੀ ਬੜੀ ਲੋੜ ਹੈ, ਕਿੰਨੀ ਕੁ ਜ਼ਰੂਰਤ ਹੈ ਪੰਜਾਬੀ ਕਲਚਰ ਨੂੰ ਹੋਰ ਪ੍ਰਮੋਟ ਕਰਨ ਦੀ, ਪਿਛੜ ਗਏ ਜਿਹੜੇ ਵਿਰਸੇ ਲੋਕ ਭੁੱਲ ਗਏ ਨੇ ਉਹਨਾਂ ਨੂੰ ਯਾਦ? ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਜੇ ਅਸੀਂ ਆਪਣਾ ਵਿਰਸਾ ਨਹੀਂ ਸੰਭਾਲਾਂਗੇ ਤਾਂ ਸਾਡੀ ਆਉਣ ਵਾਲੀਆਂ ਨਸਲਾਂ ਨੂੰ ਵੀ ਅਸੀਂ ਸੰਭਾਲ ਨਹੀਂ ਪਾਵਾਂਗੇ, ਉਹ ਵੀ ਕਿਸੇ ਹੋਰ ਕਲਚਰ ਚਲੀਆਂ ਜਾਣਗੀਆਂ। ਜੇ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਹੀ ਸੰਭਾਲਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਇੱਥੇ ਲੇਡੀਜ਼ ਨੂੰ ਅਸੀਂ ਜਦੋਂ ਇਕੱਠਾ ਕਰਦੇ ਹਾਂ ਤਾਂ ਅਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਹੀ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਆਪਣੇ ਵਿਰਸੇ ਨਾਲ ਜੁੜਦੀਆਂ ਨੇ, ਖੁਸ਼ ਹੁੰਦੀਆਂ ਨੇ, ਆਪਣੇ ਆਪ ਨੂੰ ਸੋਹਣਾ ਬਣਾ ਕੇ ਆਉਂਦੀਆਂ ਨੇ, ਆਪਣੀ ਕਲਚਰ ਨੂੰ ਦਿਖਾਉਂਦੀਆਂ ਨੇ, ਬਹੁਤ ਹੀ ਖੁਸ਼ ਹੁੰਦੀਆਂ ਨੇ ਅਤੇ ਸਾਨੂੰ ਬੜਾ ਮਾਣ ਹੁੰਦਾ ਹੈ। ਮੈਮ, ਅਸੀਂ ਕਹਿ ਸਕਦੇ ਹਾਂ ਵੀ ਵੈਸਟਰਨ ਪਰਿਧਾਨ ਦੇ ਨਾਲੋਂ ਇੰਡੀਅਨ ਨੂੰ ਪੰਜਾਬੀ ਕਲਚਰ 'ਚ ਲੇਡੀਜ਼ ਜ਼ਿਆਦਾ ਸੁਣੀਆਂ? Yes, very right. I'm Dr. Ravinder from Pitambari, signature expert, health astrologer, right? When we talk about tiyan naal tiyan, theek hai, bulo shah kehnde ne phullan da tu idhar bana ke oda samudar bana, te eh pyar da samudar hai, eh sadiyan te tiyan naal tiyan, je apni tiyan naal nahi hai ta phir tiyan apniyan ਸਵਾਦ ਵਾਲੀਆਂ ਨਹੀਂ ਹੈ, ਖੁਸ਼ਬੂ ਨਹੀਂ ਹੈ, ਅਤੇ ਇਸ ਕਰਕੇ ਆਪਣੀ ਧੀਆਂ ਨਾਲ ਧੀਆਂ ਸੈਲੀਬ੍ਰੇਟ ਕਰ ਰਹੇ ਹਾਂ ਅਸੀਂ, ਅਤੇ ਨਾਲ ਹੀ ਇਹ ਸਾਰਾ ਕ੍ਰੈਡਿਟ ਜੇ ਮੈਂ ਕਹਾਂ ਤਾਂ ਜਾਂਦਾ ਹੈ ਸਾਡੀ ਕੈਚ ਫਾਇਰ ਟੀਮ ਨੂੰ, ਉਹ ਤਾਂ ਹੈ ਹੀ ਹੈ, ਬਸ ਆਪਣੇ ਡਾਕਟਰ ਸਾਹਿਬ ਵਰਿੰਦਰ ਸਾਹਿਬ ਬਹੁਤ ਜ਼ਿਆਦਾ ਐਕਟਿਵ ਨੇ ਔਰ ਕਿਸ ਤਰ੍ਹਾਂ ਮੈਨੇਜ ਕਰਦੇ ਨੇ ਤੁਸੀਂ ਆਪ ਸੋਚ ਸਕਦੇ ਹੋ, ਕਿਸੇ ਵੀ ਈਵੈਂਟ ਨੂੰ ਆਪਾਂ ਮੈਨੇਜ ਕਰੀਏ ਤਾਂ ਬੜਾ ਹੀ ਮੁਸ਼ਕਿਲ ਹੁੰਦਾ ਹੈ, ਸਾਰਿਆਂ ਨੂੰ ਨਾਲ ਲੈ ਕੇ ਚੜ੍ਹਨਾ। ਔਰ ਇੱਥੇ ਤੁਸੀਂ ਦੇਖੋਗੇ, ਇੱਥੇ ਤੁਸੀਂ ਦੇਖੋਗੇ ਕਿ ਇੱਕ ਪੂਰੀ ਡਾਇਵਰਸਿਟੀ ਆਫ ਵਿਮੈਨ ਆਰ ਹੇਅਰ। ਸਤਿ ਸ਼੍ਰੀ ਅਕਾਲ ਜੀ, ਮੈਂ ਐਕੋਰਡ ਸਲੋਨ ਦੀ ਓਨਰ, ਐਜੂਕੇਟਰ ਐਂਡ ਡਾਇਰੈਕਟਰ। ਮੈਂ ਅੱਜ ਇਸ ਓਕੇਜ਼ਨ 'ਤੇ ਆਈ ਹਾਂ ਐਜ਼ ਅ ਚੀਫ ਗੈਸਟ। ਤੋ ਅਸੀਂ ਸਾਡੀ ਸਲੋਨ ਵੱਲੋਂ ਇੱਥੇ ਦੀ ਜਿੰਨੀ ਵੀ ਗੈਦਰਿੰਗ ਹੈ ਸਭ ਲਈ ਅਸੀਂ ਗਿਫਟ ਸਪੋਂਸਰ ਕੀਤੇ ਹੈ, ਔਰ ਜਿੰਨੇ ਵੀ ਔਰਗਨਾਈਜ਼ਰਸ ਨੇ ਉਹਨਾਂ ਲਈ ਵੀ ਅਸੀਂ ਗਿਫਟਸ ਲੈ ਕੇ ਆਏ ਹਾਂ। ਸਾਡੇ ਸਲੋਨ ਦੇ ਵਿੱਚ ਇਸ ਟਾਈਮ ਮਤਲਬ 50% ਡਿਸਕਾਊਂਟ ਚੱਲ ਰਿਹਾ ਔਨ ਆਲ ਸਕਿਨ ਹੇਅਰ ਐਂਡ ਮੇਕਅਪ ਸਰਵਿਸਿਜ਼। ਫੈਸਟੀਵਲ ਸੀਜ਼ਨ ਜਿਸ ਤਰ੍ਹਾਂ ਕਿ ਆਉਣ ਵਾਲਾ, ਸਭ ਨੂੰ ਹੀ ਪਤਾ, ਰਾਖੀ ਆ ਰਹੀ ਹੈ, ਫਿਰ ਕਰਵਾ ਚੌਥ ਆ ਰਿਹਾ, ਫਿਰ ਅੱਗੇ ਦੀਵਾਲੀ, ਦੁਸ਼ਹਿਰਾ ਸਭ ਆ ਰਿਹਾ। ਤਾਂ ਇਸ ਵਾਰ ਸਾਡੇ ਸਲੋਨ ਦੇ ਵਿੱਚ ਹੁਣ ਸਪਟੈਂਬਰ ਤੱਕ 50% ਡਿਸਕਾਊਂਟ ਚੱਲ ਰਿਹਾ, ਔਰ ਮੈਂ ਚਾਹੁੰਦੀ ਹਾਂ ਕਿ ਪੂਰਾ ਲੁਧਿਆਣਾ ਆਪਣੇ ਸਾਰੇ ਲੁਧਿਆਣਾ ਵਾਸੀ ਆਉਣ ਅਤੇ ਇਸ ਚੀਜ਼ ਦਾ ਫਾਇਦਾ ਉਠਾਉਣ। ਮੇਰਾ ਨਾਮ ਹੈ ਵਿਨੇ ਜੈਨ ਔਰ ਮੈਂ ਆਰਮ ਐਂਟਰਪ੍ਰਾਈਜ਼ਸ ਦੀ ਮਾਲਿਕ ਹੂੰ। ਮੈਨੇ ਆਪਣੀ ਲਾਈਫ ਮੇ 26 ਈਅਰਸ ਮੇ ਇਤਨਾ ਕਾਮ ਕੀਆ ਹੈ ਔਰ ਮੈਨੇ ਕਮ ਸੇ ਕਮ 20,000 ਸੇ ਜ਼ਿਆਦਾ ਲੇਡੀਜ਼ ਕੋ ਬਿਜ਼ਨਸ ਓਪਰਚੁਨਿਟੀਜ਼ ਦੇ ਕਰ ਉਨਕੋ ਪਾਵਰ ਇੰਪਾਵਰਮੈਂਟ ਕੀ ਹੈ
उसके साथ साथ उनको अपने व्यक्तित्व की पहचान करवाई है कि किस तरह से वो अपने मनोबल को ऊंचा करके सिर उठा के जी सकती है। आज मुझे कहते हुए हश्र हो रहा है, बहुत खुशी हो रही है कि मैं आज इस तीज के अवसर पर एज ए चीफ गेस्ट आमंत्रित हूँ। लेकिन ये औधा बड़ी मेहनत से पाया गया है और इसके पीछे आप सब लोगों का प्यार है, अब सब लोगों की दुआएं हैं जिनको मैंने अपनी बुद्धि या अपनी कैपेबिलिटी के साथ बहुत सारे लोगों को काम करने का हुनर सिखाया। और उसके साथ साथ वो लेडीज जो कभी जिन्होंने कभी कैलकुलेटर नहीं पकड़ा था, जो गली में बैठ के सिलाइयाँ बुनती थी, आज वो कंप्यूटर चला रही हैं, ये एक बहुत बड़ी अचीवमेंट है। मैं अजीत कौर सेठी और मेरा कीवी बर्ड फैशन जोन के नाम से बुटीक है, प्लस मैं रेडीमेड से सूट्स और हॉट सेट्स के विच काफ़ी पॉपुलर हो चुकी हुई हाँ। जिन्होंने भी कीवी बर्ड्स के विच एंटर किया है वो कहते हैं कि इतने की जो भी डिजाइनिंग है वो सब रियल इज रियली और कॉस्ट के अकॉर्डिंग भी सू कि भी परचेज करने का मौका नहीं मिलता। तो बहुत ही अच्छी रेंज और बहुत अच्छी डिजाइनिंग है और अज मैं इनवाइटिड हाँ विच मैडम परमजीत एंड मैडम वरिंदर कौर जी की तरफों मैं इनवाइटिड हाँ और मैं बहुत ही अच्छा लगे इतने प्रोग्राम लेके तिया का और बहुत ही अच्छी सैलीब्रेशन है और जिन्होंने भी गिद्धे का प्रोग्राम किया है रियली अप्रीशिएट लाइक है।